ਸ੍ਰੀਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਮੂਲੀ ਦੀ ਦਾਲ ਬਣਾਉਣੀ ਹੈ। ਮਲਾਈ ਪਾ ਕੇ, ਦੁੱਧ ਪਾ ਕੇ ਥੋੜ੍ਹਾ ਜਿਹਾ, ਅਤੇ ਆਪਾਂ ਕੱਦੂਕਸ ਕਰਕੇ, ਆਹ ਮੂਲੀ ਧੋਤੀ ਹੋਈ ਹੈ ਪਹਿਲਾਂ, ਹੁਣ ਇਹਨੂੰ ਥੋੜ੍ਹਾ ਛਿੱਲਾਂਗੇ ਉੱਤੋਂ। ਛਿੱਲ ਕੇ ਫਿਰ ਕੱਦੂਕਸ ਕਰਾਂਗੇ। ਥੋੜ੍ਹੀ ਆ ਰਹਿੰਦੀ ਆ ਵੀ ਛਿੱਲ ਲਈਏ, ਟੁੱਟ ਗਈ ਸੀਗੀ। ਕੱਦੂਕਸ ਕਰਾਂਗੇ। ਬਸ ਮੂਲੀ ਚੀਰੀ ਗਈ ਹੁਣ। ਹੁਣ ਆਪਾਂ ਕੜਾਹੀ ਧਰਦੇ ਹਾਂ, ਤੜਕਾ ਲਾਵਾਂਗੇ। ਅੱਜ ਮੈਂ ਥੋੜ੍ਹਾ ਜਿਹਾ ਘਿਓ ਪਾਊਂਗੀ, ਡਾਲਡਾ ਘਿਓ ਹੈ, ਇਹਦਾ ਤੜਕਾ ਲਾਊਂਗੀ। ਕਿ ਦੁੱਧ ਵਾਲੀ ਦਾਲ ਹੈ, ਥੋੜ੍ਹਾ ਹੀ ਤੜਕਾ ਲੱਗਦਾ ਹੁੰਦਾ ਦੁੱਧ ਵਾਲੀ ਦਾਲ ਨੂੰ। ਜਦੋਂ ਘਿਓ ਗਰਮ ਹੋ ਗਿਆ ਉਦੋਂ ਆਪਾਂ ਥੋੜ੍ਹਾ ਜਿਹਾ ਜੀਰਾ ਪਾਵਾਂਗੇ। ਘਿਓ ਗਰਮ ਹੋ ਗਿਆ, ਆਪਾਂ ਇੰਨਾ ਕੁ ਜੀਰਾ ਪਾਉਣੇ ਆ। ਹੁਣ ਜੀਰਾ ਭੁੱਜ ਗਿਆ, ਗੰਢਾ, ਲਸਣ, ਹਰੀ ਮਿਰਚ ਇਹ ਪਾਉਣੇ ਆ। ਗੰਢਾ ਭੁੱਜ ਗਿਆ ਉਦੋਂ ਆਪਾਂ ਲੂਣ ਮਿਰਚ ਪਾਵਾਂਗੇ। ਹੁਣ ਗੰਢਾ, ਮਿਰਚ, ਲਸਣ ਭੁੱਜ ਗਏ ਆ, ਆਪਾਂ ਲੂਣ ਮਿਰਚ ਪਾਉਣੇ ਆ। ਲੂਣ, ਮਿਰਚ, ਹਲਦੀ, ਮਸਾਲਾ ਨਹੀਂ ਪਾਉਂਦੇ, ਦੁੱਧ ਵਾਲੀ ਦਾਲ ਹੈ, ਘਿਓ ਦਾਲ, ਫਿਰ ਦੁੱਧ ਪਾਟ ਜਾਂਦਾ ਹੈਗਾ। ਥੋੜ੍ਹਾ ਜਿਹਾ ਪਾਣੀ ਪਾਵਾਂਗੇ। ਜਦੋਂ ਪਾਣੀ ਰਿੱਝਣ ਲੱਗ ਗਿਆ ਫਿਰ ਆਪਾਂ ਮੂਲੀ ਪਾਵਾਂਗੇ। ਮਸਾਲਾ ਰਿੱਝਣ ਲੱਗ ਗਿਆ, ਹੁਣ ਆਪਾਂ ਮੂਲੀ ਪਾਉਣੇ ਆ। ਥੋੜ੍ਹਾ ਜਿਹਾ ਲੋੜ ਹੋਈ ਤਾਂ ਪਾਣੀ ਹੋਰ ਦੇਖ ਨਹੀਂ ਪਾਉਂਗੀ, ਕਿ ਰਿੱਝੂਗੀ ਪਾਣੀ 'ਚ। ਚੰਗੀ ਤਰ੍ਹਾਂ ਰਿੰਨ ਕੇ ਫਿਰ ਆਪਾਂ ਮਲਾਈ ਅਤੇ ਦੁੱਧ ਪਾਵਾਂਗੇ, ਸਵਾਰ ਕੇ ਰਿੰਨ ਕੇ। ਹਾਂਜੀ, ਬਣੀ ਜਾਂਦੀ ਹੈ। ਜੇ ਪਾਣੀ ਸੁੱਕ ਗਿਆ ਫਿਰ ਆਪਾਂ ਦੁੱਧ ਮਲਾਈ ਪਾਵਾਂਗੇ ਵਿੱਚ, ਨਾਲੇ ਵਧੀਆ ਰਿੱਝ ਜੂਗੀ ਉਹਦੇ ਨੂੰ। ਪਾਣੀ ਸੁੱਕਾ ਕੇ ਜਮ੍ਹਾਂ ਫਿਰ ਪਾਵਾਂਗੇ। ਪਾਣੀ ਸੁੱਕ ਗਿਆ ਹੁਣ ਅਤੇ ਆਪਾਂ ਹੁਣ ਦੁੱਧ ਮਲਾਈ ਪਾਉਣੇ ਆ ਵਿੱਚ।
ਪਹਿਲਾਂ ਆਪਾਂ ਮਲਾਈ ਪਾਵਾਂਗੇ, ਦੁੱਧ ਫਿਰ ਦੇਖ ਕੇ ਪਾਵਾਂਗੇ ਜਿੰਨਾ ਕੁ ਪਊਗਾ। ਮਲਾਈ ਆ ਸਾਰੀ ਬਾਟੀ ਦੀ ਬਾਟੀ ਪਾਵਾਂਗੇ ਆਪਾਂ, ਜੇ ਦੁੱਧ ਦੀ ਲੋੜ ਹੋਈ ਤਾਂ ਪਾਵਾਂਗੇ, ਨਹੀਂ ਨਾ ਵੀ ਪਾਵਾਂਗੇ। ਥੋੜ੍ਹਾ ਜਿਹਾ ਘੁੱਟ ਕੁ ਪਾਉਂਗੀ, ਥੋੜ੍ਹਾ ਜਿਹਾ ਹੀ, ਅੱਧੀ ਕੁ ਕੜਛੀ। ਇੰਨਾ ਕੁ ਪਾਉਂਗੀ, ਥੋੜ੍ਹਾ ਜਿਹਾ ਬਸ, ਕਿ ਉਹਨੂੰ ਰਿੰਨਾਂਗੇ ਵੀ ਆਪਾਂ ਹਜੇ ਦੁੱਧ ਪਾ ਕੇ। ਹੁਣ ਰਿੱਝਣ ਲੱਗ ਗਈ ਸਬਜ਼ੀ, ਮਲਾਈ ਪਾ ਕੇ ਦੁੱਧ ਮਲਾਈ ਰਿੱਝਣ ਲੱਗ ਗਏ, ਅਤੇ ਹੁਣ ਆਪਾਂ ਦੋ ਚਾਰ ਪੱਤੇ ਪਾਲਕ ਦੇ ਪਾਉਣੇ ਆ, ਧੋ ਕੇ ਪਾਵਾਂਗੇ। ਜਦੋਂ ਮਾੜਾ ਜਿਹਾ ਇਹਨਾਂ ਨੂੰ ਸੇਕ ਲੱਗ ਗਿਆ ਆਪਾਂ ਲਾ ਲਾਂਗੇ ਬਸ। ਬਸ ਰਿੱਝਣ ਲੱਗ ਗਈ, ਹੁਣ ਆਪਾਂ ਲਾਉਣ ਲੱਗੇ ਹਾਂ ਇਹਨੂੰ। ਵਧੀਆ ਖੋਏ ਵਰਗੀ ਸਬਜ਼ੀ ਬਣ ਗਈ। ਬਹੁਤ ਵਧੀਆ ਸਬਜ਼ੀ ਬਣੀ ਹੈ, ਜਿਵੇਂ ਇਕੱਲੀ ਮਲਾਈ ਪਾਈ ਹੈ, ਦੁੱਧ ਤਾਂ ਆਪਾਂ ਥੋੜ੍ਹਾ ਜਿਹਾ ਹੀ ਪਾਇਆ ਗਾ। ਸਾਡੀ ਵੀਡੀਓ ਪਸੰਦ ਆਈ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ।